सत श्री अकाल जी सारिआं नूं। चैनल पंजाब वैदर ते स्वागत है तुहाडा सब दा। गल करदे आं अज दी वीडियो विच आपां 14 15 तरीक मौसम दी कि इहनां दो दिनां दे विच पंजाब दा मौसम किवें दा रहिण वाला है, की मौसमी हलचल होवेगी। जो पिछले दिनां विच सिस्टम बणिआ होइआ सी जिहड़ा 11 तों लै के 13 जनवरी तक पंजाब उपर टिक्या रहा, कुछ हिस्सों विच हल्कियां फुल्कियां निकलणियां, हल्के फुल्के बरसात अते उत्तरी भाग जिवें कुछ पहाड़ी भागां दे नेड़े ने उहनां विच थोड़ी जिही दरमियानी बरसात भी देखण नूं मिली है। सो वो सिस्टम हुण अगे निकल चुकिया है, जिस तो बाद पंजाब दा मौसम खुशक रहेगा, बदलवाई रहा, तो कोई मींह दे आसार हुण फिलहाल नहीं है, मौसम ठीक ठाक रहेगा। अज 14 जनवरी नूं सवेर दे समय कुछ हल्की तो दरमियाने पद्धर दी धुंद दा माहौल कुछ हिस्सों में देखण नूं मिलेगा, तो नाल ही उत्तर पछमी हवावां दी वापसी भी सवेर दे समय तो ही हो जाएगी। पहाड़ी इलाकों के विच सिस्टम के नाल जो निकलिया उहदे चलदे बर्फबारी काफ़ी चंगी हुई है। सो जिस तो बाद हुण जो उत्तरी शीत हवावां पंजाब समेत मैदानी भागां विच पहुँचणगियां, तां पंजाब ते नाल लगदे सूबिआं दे विच जिवें हरियाणा राजस्थान हो गया, इन्हां ਭਾਗਾਂ ਵਿੱਚ ਸ਼ੀਤ ਲਹਿਰ ਇੱਕ ਵਾਰ ਆਉਂਦੇ ਦਿਨਾਂ ਵਿੱਚ ਫਿਰ ਜ਼ੋਰ ਫੜੇਗੀ। 14 ਜਨਵਰੀ ਤੋਂ ਅੱਜ ਤੋਂ ਹੀ ਲਗਭਗ ਟੈਂਪਰੇਚਰ ਥੋੜ੍ਹੇ ਜਿਹੇ ਡਿੱਗਣੇ ਸ਼ੁਰੂ ਹੋ ਜਾਣਗੇ, ਕਿਉਂਕਿ ਠੰਡੀਆਂ ਹਵਾਵਾਂ ਵਗਣੀਆਂ ਸ਼ੁਰੂ ਹੋ ਜਾਣਗੀਆਂ, ਅਤੇ ਥੋੜ੍ਹਾ ਬਹੁਤ ਹਲਕੀ ਫੁਲਕੀ ਜਿਹੜੀ ਬੱਦਲਵਾਈ ਦਾ ਮਾਹੌਲ ਵੀ ਕੁਝ ਦੁਪਹਿਰ ਤੱਕ ਦੇਖਣ ਨੂੰ ਮਿਲੇਗਾ, ਪਰ ਦੁਪਹਿਰ ਦੇ ਆਸ ਪਾਸ ਤੋਂ ਧੁੱਪ ਚੰਗੀ ਲੱਗਣ ਦੇ ਆਸਾਰ ਪੰਜਾਬ ਦੇ ਵਿੱਚ ਬਣੇ ਹੋਏ ਨੇ। ਬਾਕੀ ਕੁਝ ਜਿਹੜੇ ਆਲੇ ਦੁਆਲੇ ਦੇ ਸਰਹੱਦੀ ਖੇਤਰ ਨੇ ਉਹਨਾਂ ਵਿੱਚ ਸਵੇਰ ਦੇ ਸਮੇਂ ਦੇ ਕੁਝ ਪਹਿਲੇ ਘੰਟਿਆਂ ਬਾਅਦ ਹੀ ਧੁੱਪ ਨਿਕਲਣੀ ਸ਼ੁਰੂ ਹੋ ਸਕਦੀ ਹੈ। ਸੋ ਬਾਕੀ ਦਿਨ ਦੇ ਸਮੇਂ ਮੌਸਮ ਠੀਕ ਰਹੇਗਾ, ਪਰ ਇਹਨਾਂ ਹਵਾਵਾਂ ਦੇ ਚੱਲਦੇ ਹੁਣ ਸ਼ੀਤ ਲਹਿਰ ਦਾ ਮਾਹੌਲ ਪੰਜਾਬ ਵਿੱਚ ਬਣੂਗਾ, ਜਿਹੜਾ ਕਿ ਆਉਣ ਦੇ ਲਗਭਗ 4-5 ਦਿਨਾਂ ਤੱਕ ਪੰਜਾਬ ਵਿੱਚ ਇੱਕ ਵਾਰ ਫਿਰ ਕੜਾਕੇ ਦੀ ਠੰਡ ਵਰਗਾ ਮਾਹੌਲ ਪੈਦਾ ਕਰ ਦੇਵੇਗਾ, ਅਤੇ ਟੈਂਪਰੇਚਰ ਜੋ ਹੁਣ ਦੇ ਵਧੇ ਹੋਏ ਸਨ ਉਸ ਤੋਂ ਲਗਭਗ 3 ਤੋਂ ਲੈ ਕੇ 5-6 ਡਿਗਰੀ ਦੇ ਆਸ ਪਾਸ ਡਿੱਗਣਗੇ, ਅਤੇ ਜਿਸ ਕਰਕੇ ਪੰਜਾਬ ਦਾ ਮਾਹੌਲ ਇੱਕ ਵਾਰ ਫਿਰ ਕਾਫੀ ਜ਼ਿਆਦਾ ਕੜਾਕੇ ਦੀ ਸਰਦੀ ਵਾਲਾ ਹੋ ਜਾਵੇਗਾ। ਇਸ ਤੋਂ ਬਿਨਾਂ ਬੱਦਲਬਾਈ ਵਰਗੀ ਜਾਂ ਮੀਂਹ ਦੀਆਂ ਗਤੀਵਿਧੀਆਂ ਵਰਗੀ ਅਚਾਨਕ ਹੁਣ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਲਗਭਗ ਨਾ ਮਾਤਰ ਨੇ ਮੌਸਮ ਠੀਕ ਠਾਕ ਰਹੇਗਾ, ਅਤੇ ਬਾਕੀ ਅਗਲੇ ਦਿਨਾਂ ਦੀ ਜਾਣਕਾਰੀ ਅਗਲੀ ਵੀਡੀਓ ਵਿੱਚ ਫਿਰ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਹਾਜ਼ਰ ਹੋ ਜਾਵਾਂਗੇ। ਸੋ ਉਦੋਂ ਤੱਕ ਲਈ ਇਜਾਜ਼ਤ ਦਿਓ, ਧੰਨਵਾਦ ਜੀ।